ਜਿਹੀ ਕੋਈ ਗੱਲਬਾਤ ਨਹੀਂ, ਕੋਈ ਇਨਕਾਊਂਟਰ ਨਹੀਂ ਹੋਇਆ, ਕੋਈ ਇਸ ਏਰੀਏ ਦੇ ਵਿੱਚ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈ ਕਿ ਬੰਦਾ ਸਾਨੂੰ ਵੀ ਸੁਣ ਜਾਏ ਕਿ ਇਸ ਏਰੀਏ 'ਚ ਗੋਲੀ ਚੱਲੀ ਆ, ਪਰ ਇਹੋ ਜਿਹੀ ਕੋਈ ਗੱਲਬਾਤ ਨੋਟਿਸ ਵਿੱਚ ਨਹੀਂ ਆਈ ਹੈਗੀ। ਕੀ ਪਤਾ ਇਹ ਘਟਨਾਕ੍ਰਮ ਕੀ ਹੈਗਾ ਜਿਹੜਾ ਅੱਜ ਜਿਹੜਾ ਹੈਗਾ ਵਾ ਤੁਸੀਂ ਦੱਸਿਆ ਸਨੈਚਰ ਜਿਹੜੇ ਕੋਈ ਰਸਤੇ ਅੱਜ ਕਰੀਬ 5 ਵਜੇ ਇਤਲਾਹ ਮਿਲੀ ਸੀ ਕਿ ਖਿਲਚੀਆਂ ਏਰੀਆ ਦੇ ਵਿੱਚ 4 ਅਨਨੋਨ ਪਰਸਨ ਕਿਸੇ ਲੜਕੀ ਤੋਂ ਮੋਬਾਈਲ ਖੋਹ ਕੇ ਲੈ ਗਏ, ਤਾਂ ਇਸ ਸੰਬੰਧੀ SHO ਖਿਲਚੀਆਂ ਸਰਦਾਰ ਜਸਵੀਰ ਸਿੰਘ ਨੇ SHO ਬਿਆਸ ਨੂੰ ਤੁਰੰਤ ਇਤਲਾਹ ਦਿੱਤੀ, ਜਿਨ੍ਹਾਂ ਨੇ ਕਿਹਾ ਕਿ ਮੈਂ ਗੱਡੀ ਦਾ ਪਿੱਛਾ ਕਰਦਾ। ਇਹ ਦੋਨੇ ਟੀਮਾਂ ਨੂੰ ਨੇ ਤੁਰੰਤ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਔਰ ਇਹ ਬਾਬਾ ਬਕਾਲਾ ਦੇ ਲਾਗੇ ਦੋਲੋ ਨੰਗਲ ਦੇ ਕੋਲ ਇਹ ਚਾਰੇ ਜਿਹੜੇ ਵਿਅਕਤੀ ਹੈ ਪਕੜੇ ਗਏ ਨੇ। ਕਿੱਥੋਂ ਆ ਰਹੇ ਸੀ ਔਰ ਕੀ ਵਾਰਦਾਤਾਂ? ਇਸੇ ਸਮੇਂ ਦੌਰਾਨ ਅਸੀਂ ਇਹਨਾਂ ਤੋਂ ਪੁੱਛਗਿੱਛ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਨੇ ਪਹਿਲੀ ਵਾਰਦਾਤ ਜਿਹੜੀ ਆ ਉਹ ਜੰਡਿਆਲੇ ਗੁਰੂ ਕੀਤੀ ਕਿ ਜ਼ੋਮੈਟੋ ਵਾਲੇ ਦੇ ਕੋਲੋਂ ਪਾਰਸਲ ਖੋਏ ਤੇ ਪਰਸ ਖੋਇਆ। ਉਸ ਤੋਂ ਬਾਅਦ ਇਹਨਾਂ ਨੇ ਖਿਲਚੀਆਂ ਵਿੱਚ ਆ ਕੇ ਮੋਟਰਸਾਈਕਲ ਸਵਾਰ ਤੋਂ ਮੋਬਾਈਲ ਖੋਇਆ, ਨਸ਼ੇ ਦੀ ਪੂਰਤੀ ਲਈ ਇਹਨਾਂ ਨੇ ਇਹ ਵਾਰਦਾਤ ਕੀਤੀ ਸੀ ਪਰ ਇਹ ਪਕੜੇ ਗਏ। ਜਿਹੜੇ ਅਕਿਊਜ਼ਡ ਫੜੇ ਹੈਗੇ ਆ ਇਹਨਾਂ ਦੇ ਵੱਲੋਂ ਕਲੀਅਰ ਕੀਤਾ ਗਿਆ ਕਿ ਨਸ਼ਾ ਕੀਤਾ ਹੋਇਆ ਇਹਨਾਂ ਨੇ ਜਾਂ ਕਰਦੇ ਆਦੀ ਜਾਂ ਕੀ ਕੀ ਇਹ ਨਸ਼ਾ ਕਰਨ ਦੇ ਆਦੀ ਨੇ ਔਰ ਇਸ ਵੇਲੇ ਵੀ ਇਹ ਨਸ਼ੇ ਦੀ ਹਾਲਤ ਵਿੱਚ ਖੜੇ ਨੇ, ਠੀਕ ਹੈ, ਇਹ ਵਾਰਦਾਤਾਂ ਕਰਕੇ ਨਸ਼ੇ ਕਰਦੇ ਨੇ। ਇਹਨਾਂ ਦੇ ਆਲਰੇਡੀ ਪਹਿਲਾਂ ਮੁਕੱਦਮੇ ਕਾਫੀ ਦਰਜ ਨੇ। ਦੋਵੇਂ ਵਾਰਦਾਤਾਂ ਅੱਜ ਵੀ ਹੈਗੀਆਂ, ਇਹ ਦੋਵੇਂ ਵਾਰਦਾਤਾਂ 1 ਘੰਟੇ ਦੇ ਵਿੱਚ ਹੀ ਹੋਈਆਂ ਨੇ। 1 ਘੰਟੇ ਦੇ ਵਿੱਚ ਕੀ ਕਹਿ ਸਕਦੇ ਹਾਂ ਕਿ 1 ਘੰਟੇ ਦੇ ਵਿੱਚ ਪੁਲਿਸ ਵੱਲੋਂ ਲੈ ਕੇ ਚਾਰ ਸਨੈਚਰ? 1 ਘੰਟੇ ਦੇ ਵਿੱਚ ਪੁਲਿਸ ਵੱਲੋਂ ਮੈਂ ਤੁਹਾਨੂੰ ਇੱਥੇ ਵਧਾਈ ਦੇਣਾ ਚਾਹੁੰਦਾ ਕਿ ਸਰਦਾਰ ਸਤਿੰਦਰ ਸਿੰਘ IPS SSP ਸੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀਆਂ ਰਹਿਨਮਾਈ ਹੇਠ ਅਸੀਂ ਇਹ SSP ਸਾਹਿਬ ਨੂੰ ਤੁਰੰਤ ਇਹਦੀ ਇਤਲਾਹ ਦਿੱਤੀ, ਜੋ ਤੁਰੰਤ ਉਹਨਾਂ ਦੇ ਨਿਰਦੇਸ਼ਨ ਹੇਠ ਟੀਮਾਂ ਗਠਿਤ ਕਰਕੇ ਅਸੀਂ ਇਸ ਵਾਰਦਾਤ ਨੂੰ ਤੁਰੰਤ ਸਫਲਤਾਪੂਰਵਕ ਅਸੀਂ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ। ਕਿੰਨੇ ਕੁ ਕਿਲੋਮੀਟਰ ਦਾ ਪਿੱਛਾ ਜਿਹੜਾ ਹੈਗਾ? ਇਹ ਕਰੀਬ 20 ਕਿਲੋਮੀਟਰ ਏਰੀਆ ਦੇ ਵਿੱਚ ਅਸੀਂ ਇਹਨਾਂ ਨੂੰ ਪਿੱਛਾ ਕਰਕੇ ਅਸੀਂ ਆਪਣੇ ਏਰੀਆ ਦੇ ਵਿੱਚ ਘੁੰਮਦੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗੱਡੀ ਦੀਆਂ ਭੰਨ ਤੋੜ ਦੀਆਂ ਤਸਵੀਰਾਂ ਹੈਗੀਆਂ, ਉਹ ਕੀ ਘਟਨਾਕ੍ਰਮ ਹੈਗਾ ਪੁਲਿਸ ਦੇ ਦਰਮਿਆਨ? ਜਦੋਂ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਤੇ ਇਹ ਆਪਣੇ ਵਹੀਕਲ ਨੂੰ ਇਹ ਆਪ ਬਚਾਉਂਦੇ ਹੋਏ ਲਗਭਗ ਕਿਸੇ ਨਾ ਕਿਸੇ ਚੀਜ਼ ਵਿੱਚ ਮਾਰਦੇ ਜਾ ਰਹੇ ਸੀਗੇ, ਪਰੰਤੂ ਫਿਰ ਵੀ ਅਸੀਂ ਇਹਨਾਂ ਨੂੰ ਬਾਬਾ ਬਕਾਲਾ ਏਰੀਆ ਦੇ ਵਿੱਚ ਗ੍ਰਿਫਤਾਰ ਕਰ ਲਿਆ। ਸਰ ਜਿਹੜੀ ਮੁੱਢਲੀ ਜਾਂਚ ਹੈਗੀ ਉਹ 'ਚ ਕੀ ਸਾਹਮਣੇ ਆਇਆ? ਕਿੰਨੇ ਜਿਹੜੇ ਹੈਗੇ ਕੋਈ ਪਹਿਲਾਂ ਵੀ ਮਾਮਲੇ ਦਰਜ ਹੈਗੇ ਜਾਂ ਕੁਛ? ਇਹਨਾਂ ਦੇ ਉੱਤੇ ਆਲਰੇਡੀ ਕਾਫੀ ਮੁਕੱਦਮੇ ਦਰਜ ਨੇ।